ਪਿੰਡ ਨਸੀਰਾਬਾਦ ਦੇ ਨਜ਼ਦੀਕ ਬੇਕਾਬੂ ਹੋਇਆ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਦਰਖਤ ਨਾਲ ਟਕਰਾਉਣ ਕਾਰਨ ਬਾਈਕ ਚਾਲਕ ਨੌਜਵਾਨ ਮਨਵੀਰ ਸਿੰਘ ਮਨੀ ਪੁੱਤਰ ਹਰਵੰਸ ਲਾਲ ਵਾਸੀ ਨਸੀਰਾਬਾਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਪੈਟਰੋਲ ਪੰਪ ਤੋਂ ਬਾਈਕ ਵਿੱਚ ਪੈਟਰੋਲ ਪਵਾ ਕੇ ਵਾਪਸ ਆ ਰਿਹਾ ਸੀ ਅਤੇ ਤੇਜ਼ ਰਫ਼ਤਾਰ ਬਾਈਕ ਸੜਕ 'ਤੇ ਪਏ ਟੋਇਆਂ ਕਾਰਨ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਮਨੀ ਨੂੰ ਸਿਵਲ ਹਸਪਤਾਲ ਪਾਂਸਟਾ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਵਿੱਚ ਸਭ ਤੋਂ ਛੋਟੇ ਅਤੇ ਤਿੰਨਾਂ ਭੈਣਾਂ ਦੇ ਇਕਲੌਤੇ ਭਰਾ ਮਨੀ ਦੀ ਦਰਦਨਾਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ESI ਅਸ਼ੋਕ ਕੁਮਾਰ ਇੰਚਾਰਜ ਪੁਲਿਸ ਚੌਂਕੀ ਪਾਂਸਟਾ ਅਨੁਸਾਰ ਮਨਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਬੇਸ਼ੱਕ ਕਿ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋ ਸਕਣਗੇ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਦੀ ਮੌਤ ਛਾਤੀ ਅਤੇ ਸਿਰ 'ਤੇ ਸੱਟ ਵੱਜਣ ਕਾਰਨ ਹੋਈ ਹੈ। ਮੋਹਨ ਲਾਲ ਜੀ, ਅੱਛਾ ਇਹ ਕਿੱਦਾਂ ਹੋਇਆ ਐਕਸੀਡੈਂਟ ਦੱਸਿਓ? ਇਹ ਬੈਕ ਕੋਲ ਤਾਂ ਹੈ ਨਹੀਂ ਸਕਿਆ ਜੀ। ਠੀਕ ਹੈ, ਮੈਂ ਤਾਂ ਦੇਖਿਆ ਖੇਤ ਸਾਡੇ ਕੋਲ। ਅੱਛਾ ਕਿੱਦਾਂ ਹੋਇਆ, ਕਿੱਦਾਂ ਪਤਾ ਚੱਲਾ? ਉਹ ਤੇਲ ਪਵਾ ਕੇ ਆਉਂਦਾ ਸੀਗਾ ਆਪਾਂ। ਅੱਛਾ, ਮਾਜੋ ਪੱਤੀ। ਠੀਕ ਹੈ, ਅਤੇ ਬੱਜਾ ਕਾਹਦੇ ਵਿੱਚ ਹੈ? ਇਹ ਗੱਡੀ ਇੱਕ 'ਚ ਬੱਜਾ, ਫਿਰ ਮੋਹਰੇ ਬੁਲਰਾਂ 'ਚ ਬੱਜਾ, ਦੋਨਾਂ 'ਚ ਸਪੀਡ 'ਚ ਸੀਗਾ। ਹਾਂ ਸਪੀਡ 'ਚ।